ਤਾਂ ਸਵੇਰੇ ਤੜਕ ਭੁਚਾਲ ਆਇਆ, ਭੁਚਾਲ ਦੇ ਤੇਜ਼ ਝਟਕੇ ਨੇ ਜਿਹੜੇ ਉਹ ਮਹਿਸੂਸ ਕੀਤੇ ਗਏ ਨੇ, ਤਾਂ ਧਰਤੀ ਕੰਬੀ ਆ। ਤਸਵੀਰਾਂ ਨੇ ਜਿਹੜੀਆਂ ਉਹ CCTV ਕੈਮਰੇ ਦੇ ਵਿੱਚ ਰਿਕਾਰਡ ਹੋਈਆਂ ਨੇ, ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਤੇਜ਼ ਝਟਕੇ ਨੇ ਜਿਹੜੇ ਉਹ ਭੁਚਾਲ ਦੇ ਮਹਿਸੂਸ ਕੀਤੇ ਗਏ ਨੇ। ਤਾਂ ਲੋਕ ਨੇ ਜਿਹੜੇ ਉਹ ਡਰਦੇ ਮਾਰੇ ਆਪਣੇ ਘਰਾਂ ਤੋਂ ਭੱਜ ਕੇ ਬਾਹਰ ਆਏ, ਆਪਣੀ ਜਾਨ ਆ ਜਿਹੜੀ ਉਹ ਬਚਾਈ। ਤਾਂ ਰਿਕਟਰ ਸਕੇਲ ਦੇ ਉੱਪਰ ਇਸ ਭੁਚਾਲ ਦੀ ਤੀਬਰਤਾ ਜਿਹੜੀ 4.9 ਆ ਜਿਹੜੀ ਉਹ ਮਾਪੀ ਗਈ ਆ। ਤੇਜ਼ ਭੁਚਾਲ ਦੇ ਝਟਕੇ ਨੇ ਜਿਹੜੇ ਉਹ ਮਹਿਸੂਸ ਕੀਤੇ ਗਏ। ਤਾਂ ਜੰਮੂ ਕਸ਼ਮੀਰ ਦੇ ਬਾਰਾਮੂਲਾ ਅਤੇ ਪੁੰਛ ਦੇ ਵਿੱਚ ਇਹ ਭੁਚਾਲ ਆ ਜਿਹੜਾ ਉਹ ਆਇਆ, ਤਾਂ 6:45 ਦੇ ਉੱਪਰ ਇਹ ਜਿਹੜੇ ਭੁਚਾਲ ਦੇ ਝਟਕੇ ਨੇ ਜਿਹੜੇ ਉਹ ਮਹਿਸੂਸ ਕੀਤੇ ਗਏ ਨੇ, ਤਾਂ ਧਰਤੀ ਕੰਬੀ ਆ। ਤਸਵੀਰਾਂ ਨੇ ਜਿਹੜੀਆਂ ਉਹ ਵੀ CCTV ਕੈਮਰੇ ਦੇ ਵਿੱਚ ਰਿਕਾਰਡ ਹੋਈਆਂ ਨੇ, ਤਾਂ ਘਰਾਂ ਦੇ ਵਿੱਚ ਲੱਗੇ ਪੱਖੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਜ਼ਿਆਦਾ ਹਿੱਲੇ ਨੇ। ਤਾਂ ਧਰਤੀ ਕੰਬੀ ਆ। ਇੱਕ ਬਿਲਡਿੰਗ ਦੀ ਤਸਵੀਰ ਆ ਜਿਹੜੀ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਾਂ ਦੇਖ ਸਕਦੇ ਹੋ ਕਿ ਕਿੰਨੇ ਜ਼ਿਆਦਾ ਤੇਜ਼ ਝਟਕੇ ਨੇ ਜਿਹੜੇ ਭੁਚਾਲ ਦੇ ਮਹਿਸੂਸ ਕੀਤੇ ਗਏ। ਤਾਂ ਜੰਮੂ ਕਸ਼ਮੀਰ ਦੇ ਪੁੰਛ ਅਤੇ ਬਾਰਾਮੂਲਾ ਦੇ ਵਿੱਚ ਇਹ ਝਟਕੇ ਨੇ ਜਿਹੜੇ ਉਹ ਮਹਿਸੂਸ ਕੀਤੇ ਗਏ ਨੇ। 6:45 ਦੇ ਉੱਪਰ ਇਹ ਭੁਚਾਲ ਆ ਜਿਹੜਾ ਉਹ ਆਇਆ। ਹਾਲਾਂਕਿ ਇਸ ਘਟਨਾ ਦੌਰਾਨ, ਇਸ ਭੁਚਾਲ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਆ ਜਿਹੜਾ ਉਹ ਨਹੀਂ ਹੋਇਆ, ਪਰ ਇੱਕਦਮ ਜਦੋਂ ਇਹ ਭੁਚਾਲ ਆਉਂਦਾ ਤਾਂ ਲੋਕ ਡਰਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਨਿਕਲ ਜਾਂਦੇ ਨੇ। ਤਾਂ ਬਾਰਾਮੂਲਾ ਦੇ ਵਿੱਚ ਕਾਫੀ ਜ਼ਿਆਦਾ ਤੇਜ਼ ਭੁਚਾਲ ਦੇ ਝਟਕੇ ਨੇ ਜਿਹੜੇ ਉਹ ਮਹਿਸੂਸ ਕੀਤੇ ਗਏ। ਤਾਂ ਸਵੇਰੇ 6:45 ਦੇ ਉੱਪਰ ਇਹ ਭੁਚਾਲ ਆ ਜਿਹੜਾ ਆਇਆ। ਤਾਂ ਤਸਵੀਰਾਂ ਨੇ ਜਿਹੜੀਆਂ ਉਹ ਵੀ CCTV ਕੈਮਰੇ ਦੇ ਵਿੱਚ ਰਿਕਾਰਡ ਹੋਈਆਂ ਨੇ, ਜਿੱਥੇ ਲੋਕਾਂ ਦੇ ਘਰਾਂ ਦੇ ਵਿੱਚ ਲੱਗੇ ਪੱਖੇ ਨੇ ਜਿਹੜੇ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹਿੱਲ ਰਹੇ ਨੇ। ਕਾਫੀ ਜ਼ਿਆਦਾ ਆਵਾਜ਼ ਆ ਜਿਹੜੀ ਉਹ ਵੀ ਸੁਣਨ ਨੂੰ ਮਿਲੀ ਸੀ। ਤਾਂ ਬਾਰਾਮੂਲਾ ਅਤੇ ਪੁੰਛ ਦੇ ਵਿੱਚ ਇਹ ਜਿਹੜੇ ਭੁਚਾਲ ਦੇ ਝਟਕੇ ਨੇ ਉਹ ਮਹਿਸੂਸ ਕੀਤੇ ਗਏ ਨੇ। ਰਿਕਟਰ ਸਕੇਲ ਦੇ ਉੱਪਰ ਇਸ ਭੁਚਾਲ ਦੀ ਤੀਬਰਤਾ ਜਿਹੜੀ 4.9 ਆ ਜਿਹੜੀ ਉਹ ਮਾਪੀ ਗਈ ਆ। ਤਾਂ ਸਵੇਰੇ ਤੜਕਸਾਰ ਭੁਚਾਲ ਦੇ ਵੱਡੇ ਝਟਕੇ ਨੇ ਜਿਹੜੇ ਉਹ ਆਏ ਨੇ, ਤਾਂ ਧਰਤੀ ਹਿੱਲੀ ਆ, ਧਰਤੀ ਕੰਬੀ ਆ, ਜਿਸ ਕਰਕੇ ਲੋਕ ਨੇ ਜਿਹੜੇ ਉਹ ਡਰਦੇ ਹੋਏ ਆਪਣੇ ਘਰਾਂ ਤੋਂ ਬਾਹਰ ਨਿਕਲੇ। ਹਾਲਾਂਕਿ ਇਸ ਘਟਨਾ ਦੌਰਾਨ, ਇਸ ਭੁਚਾਲ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਆ ਜਿਹੜਾ ਉਹ ਨਹੀਂ ਹੋਇਆ, ਨਾ ਹੀ ਕੋਈ ਮਾਲੀ ਨੁਕਸਾਨ ਆ ਜਿਹੜਾ ਦੇਖਣ ਨੂੰ ਮਿਲਿਆ। ਪਰ ਜਿਹੜੇ ਲੋਕ ਨੇ ਉਹ ਇੱਕੋ ਦਮ ਡਰ ਕੇ, ਕਿਉਂਕਿ 6:45 ਦੇ ਉੱਪਰ ਕਾਫੀ ਜ਼ਿਆਦਾ ਤੇਜ਼ ਝਟਕੇ ਨੇ ਜਿਹੜੇ ਉਹ ਲੋਕਾਂ ਨੇ ਭੁਚਾਲ ਦੇ ਮਹਿਸੂਸ ਕੀਤੇ। ਤਾਂ ਇਹ ਸਾਰੀ ਘਟਨਾ ਜਿਹੜੀ ਉਹ CCTV ਕੈਮਰਿਆਂ ਦੇ ਵਿੱਚ ਵੀ ਰਿਕਾਰਡ ਹੋਈ ਆ। ਤਾਂ CCTV ਕੈਮਰੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੇ ਪੱਖੇ ਲੱਗੇ ਹੋਏ ਸੀ, ਕਿੰਨੀ ਜ਼ਿਆਦਾ ਤੇਜ਼ ਉਹ ਪੱਖੇ ਹਿੱਲ ਰਹੇ ਨੇ। ਤਾਂ ਇੱਕ ਤਸਵੀਰ ਹੋਰ ਬਿਲਡਿੰਗ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਾਂ ਉਹ ਬਿਲਡਿੰਗ ਵੀ ਪੂਰੀ ਤਰ੍ਹਾਂ ਹਿੱਲੀ ਆ, ਧਰਤੀ ਕੰਬੀ ਆ। 4.9 ਦੀ ਤੀਬਰਤਾ ਦੇ ਨਾਲ ਇਹ ਭੁਚਾਲ ਦੇ ਝਟਕੇ ਨੇ ਜਿਹੜੇ ਉਹ ਮਹਿਸੂਸ ਕੀਤੇ ਗਏ ਨੇ।